ਭੈਰੋ ਬਾਣੀ ਭਗਤਾਂ ਕੀ ਕਬੀਰ ਜੀ ਘਰ ਇੱਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਇਹ ਤਨ ਮੇਰੇ ਹਰ ਕੋ ਨਾਉ ਗਾਠ ਨਾ ਵਾਧੋ ਵੇਚ ਨਾ ਖਾਓ ਇਹ ਤਨ ਮੇਰੋ ਹਰ ਕੋ ਨਾਉ ਹਰ ਕੋ ਨਾਉ ਇਹ ਤਨ ਨਾ ਮੇਰੇ ਕੋਲ ਇਹਦਾ ਹਰ ਕਾ ਨਾਮ ਹੈ ਇਹ ਹਰ ਕਾ ਗਿਆਨ ਹੈ ਮੇਰੇ ਕੋਲ ਇਹ ਰਾਮ ਰਾਮ ਹੈ ਹਰ ਇੱਕ ਕੋਈ ਹੈ ਇਹੀ ਰਾਮ ਹੈ ਮੇਰੇ ਕੋਲ ਇਹ ਰਾਮ ਨਹੀਂ ਹੈ ਰਾਮ ਪਦਾਰਥ ਹੈ ਇੱਕ ਰਾਮ ਹੁੰਦਾ ਇੱਕ ਰਾਮ ਪਦਾਰਥ ਹੁੰਦਾ ਰਾਮ ਪਦਾਰਥ ਰਾਮ ਦਾ ਗਿਆਨ ਹੁੰਦਾ ਰਾਮ ਪਦਾਰਥ ਪਾ ਕੇ ਕਬੀਰਾ ਗਾਂਠ ਨਾ ਖੋਲ ਕਿਉਂਕਿ ਜਿਹੜਾ ਪ੍ਰਾਪਤੀ ਗਿਆਨ ਦੀ ਹੋ ਸਕਦੀ ਹੈ ਗਿਆਨ ਦੀ ਪ੍ਰਾਪਤੀ ਨਾਮ ਦੀ ਪ੍ਰਾਪਤੀ ਇੱਕੋ ਗੱਲ ਹੈ ਗ੍ਰੰਥ ਗਿਆਨ ਨਾਲ ਲਿਖੇ ਹੋਏ ਨੇ ਸਾਰੇ ਅਗਿਆਨੀ ਆਦਮੀ ਕੀ ਲਿਖ ਦੂਗਾ ਗ੍ਰੰਥ ਗਿਆਨ ਵਾਹਨ ਹੀ ਲਿਖਦੇ ਹੁੰਦੇ ਨੇ ਗੁਰਬਾਣੀ ਵੀ ਗਿਆ ਰਾਮ ਕੀ ਹੈ ਇਹਦੇ ਬਾਰੇ ਲਿਖਿਆ ਹੋਇਆ ਰਾਮ ਦੀ ਜਾਣਕਾਰੀ ਹੈ ਗੁਰਬਾਣੀ 'ਚ ਰਾਮ ਦੀ ਜਾਣਕਾਰੀ ਰਾਮ ਨਾਮ ਕਹਿ ਲਓ ਚਾਹੇ ਰਾਮ ਪਦਾਰਥ ਕਹਿ ਲਓ ਜਿਹੜਾ ਮੇਰੇ ਕੋਲ ਧਨ ਗਿਆਨ ਧਨ ਹੈ ਗਿਆਨ ਆਪਣੇ ਆਪ 'ਚ ਹਰ ਗਿਆਨ ਆਪਣੇ ਆਪ 'ਚ ਧਨ ਹੈ ਇਹ ਹਰ ਕੋ ਨਾਮ ਹੈ ਹਰ ਕਾ ਜਸ ਕਹਿ ਲਓ ਹਰ ਕਾ ਜਸ ਹੀ ਹੈ ਅਸਲ 'ਚ ਹਰ ਕਾ ਗਿਆਨ ਮੈਂ ਨਾ ਤਾਂ ਭਾਈ ਗਾਂਠ ਬੰਨ੍ਹ ਕੇ ਇਹਨੂੰ ਲੈ ਕੇ ਜਾਣਾ ਚਾਹੁੰਦਾ ਕਿਸੇ ਨੂੰ ਨਾ ਦੇਵਾਂ ਨਾ ਮੈਂ ਇਹਨੂੰ ਵੇਚ ਕੇ ਖਾਣਾ ਚਾਹੁੰਦਾ ਵੇਚ ਰੱਖੂ ਨਾ ਤਾਂ ਵਿਕਾਊਗਾ ਜਿਹੜੇ ਰੇਟ 'ਤੇ ਆਇਆ ਉਸੇ ਰੇਟ 'ਤੇ ਜਾਂਦਾ ਹੈ ਉਹਨੂੰ ਤਾਂ ਕੋਈ ਫਰੀ ਨਹੀਂ ਲੈਂਦਾ ਇਹਦਾ ਤਾਂ ਗਾਹ ਕੇ ਨਹੀਂ ਕੋਈ ਅਸਲ 'ਚ ਜਿੰਨਾ ਮੈਂ ਦੇਣਾ ਉਨਾ ਮੈਨੂੰ ਨਫ਼ਾ ਹੋਣਾ ਦੇਖੋ ਦਿੱਤੇ 'ਤੇ ਨਫ਼ਾ ਹੁੰਦਾ ਇੱਥੋਂ ਨਹੀਂ ਹੁੰਦਾ ਸੰਸਾਰ ਨੂੰ ਫਰੀ ਦੇਣਾ ਨਫ਼ਾ ਦਰਗਾਹ 'ਚੋਂ ਹੋਣਾ ਬੈਨੀਫਿਟ ਦਰਗਾਹ 'ਚੋਂ ਮਿਲਣਾ ਇੱਥੇ ਨਹੀਂ ਬੈਨੀਫਿਟ ਮਿਲਣਾ ਜੇ ਵੇਚਤਾ ਫਿਰ ਰਹਿਣੇ ਕੱਖ ਨਹੀਂ ਵੇਚਤਾ ਰਹਿਣੇ ਕੱਖ ਨਹੀਂ ਉਹ ਰਹਿਣਾ ਨਹੀਂ ਮੁੱਕ ਜਾਣਾ ਇੱਥੇ ਵਾਲਾ ਤੁਹਾਨੂੰ ਇੱਥੇ ਰਹਿ ਜਾਣਾ ਜਾਂਦੀ ਫਿਰ ਪੱਲੇ ਕੱਖ ਨਹੀਂ ਰਹਿਣਾ ਪਰ ਜਿਹਨਾਂ ਦੇ ਪੱਲੇ ਹੀ ਕੱਖ ਪਹਿਲਾਂ ਹੀ ਨਹੀਂ ਉਹ ਦੇ ਕੀ ਰਹੇ ਨੇ ਉਹ ਦੇ ਰਹੇ ਨੇ ਜਿਹੜਾ ਨਾਮ ਉਹ ਨਾਮ ਨਹੀਂ ਹੈ ਨਾਮ ਨਹੀਂ ਦੇਣ ਵਾਲੀ ਚੀਜ਼ ਹੈ ਗਿਆਨ ਦੇਣ ਵਾਲੀ ਚੀਜ਼ ਹੈ ਸੰਸਾਰ 'ਚ ਜਿਹੜੇ ਵੇਚ ਕੇ ਖਾ ਰਹੇ ਨੇ ਜੋ ਲੋਵੇ ਸੋ ਦੇਵੇ ਨਾ ਹੀ ਉਹ ਨਹੀਂ ਦੇ ਸਕਦੇ ਕੁਛ ਵੀ ਨਹੀਂ ਦੇ ਸਕਦੇ ਪੈਸੇ ਕਾਹਦੇ ਇਕੱਠੇ ਕਰ ਰਹੇ ਨੇ ਸੰਤ ਕਿਹੜੀ ਚੀਜ਼ ਦੇ ਰਹੇ ਨੇ ਲੋਕਾਂ ਨੂੰ ਕਿਹੜੀ ਚੀਜ਼ ਦੇ ਰਹੇ ਨੇ ਵੇਚ ਰਹੇ ਨੇ ਕੁਛ ਪੈਸੇ ਨਾਲ ਕਰਨੇ ਕੀ ਨੇ ਕਾਹਦੇ 'ਤੇ ਖਰਚ ਕਰਨੇ ਨੇ ਜਿਹੜੀ ਚੀਜ਼ 'ਤੇ ਖਰਚ ਕਰ ਰਹੇ ਨੇ ਗੁਰਮਤਿ ਵਿਰੋਧੀ ਹੈ ਸਭ ਕੁਛ ਇਹ ਸਾਬਤ ਕਰਨ ਗੁਰਮਤਿ ਹੈ ਹੁਣ ਤਾਂ ਕੋਈ ਪੁੱਛਣ ਵਾਲਾ ਆ ਗਿਆ ਜਿੰਨਾ ਚਿਰ ਕੋਈ ਪੁੱਛਣ ਵਾਲਾ ਨਹੀਂ ਸਾਰੇ ਸੁਣਨ ਵਾਲੇ ਹੀ ਸੀ ਬਲੈਕਮੇਲ ਮੇਲ ਤੁਸੀਂ ਕਰਦੇ ਤੇ ਮੂਰਖ ਤੇ ਜਦ ਆ ਜਾਂਦਾ ਪੁੱਛਣ ਵਾਲਾ ਨਾ ਫਿਰ ਜਵਾਬ ਦੇਣਾ ਪੈਂਦਾ ਫਿਰ ਪਬਲਿਕ ਜੋ ਵੀ ਉੱਠ ਖੜਦੀ ਹੈ ਪਬਲਿਕ ਵੀ ਉੱਠ ਖੜਦੀ ਹੈ ਜਵਾਬ ਮੰਗਣ ਨੂੰ ਜਵਾਬ ਦੇਣਾ ਪਊ ਇਹਨਾਂ ਨੂੰ ਵੀ ਤੁਸੀਂ ਸੰਸਾਰ ਨੂੰ ਕੀ ਦਿੱਤਾ ਜਿੰਨੇ ਡੇਰੇ ਨੇ ਸੰਤਾਂ ਦੇ ਉਹਨਾਂ ਨੇ ਦਿੱਤਾ ਕੀ ਹੈ ਸਿੱਖ ਸੰਗਤ ਨੂੰ ਉਹ ਦਿਖਾਉਣ ਦਿੱਤਾ ਕੀ ਹੈ ਤੁਸੀਂ ਬਾਣਾ ਪਵਾਤਾ ਇਹ ਦੇਣਾ ਨਹੀਂ ਹੈ ਕੁਛ ਵੀ ਜੀ ਦੇਣ ਵਾਲੀ ਚੀਜ਼ ਸੀ ਗਿਆਨ ਉਹ ਦਿੱਤਾ ਨਹੀਂ ਡੱਬੇ 'ਤੇ ਰੰਗ ਕਰਤਾ ਰੰਗ ਕਰਕੇ ਕੁਛ ਲਿਖ ਦਿੱਤਾ ਉੱਤੇ ਵਿੱਚ ਕੁਛ ਪਾਇਆ ਨਹੀਂ ਵਿੱਚ ਜਿਹੜਾ ਕੁਛ ਪਾਇਆ ਉਹ ਜਾਲੀ ਹੈ ਲਿਖਿਆ ਹੋਇਆ ਸਭ ਕੁਛ ਉੱਤੇ ਬਾਹਰ ਹੋਰ ਹੈ ਵਿੱਚ ਕੁਛ ਹੋਰ ਹੈ ਜੇ ਪੈਕਿੰਗ ਕੁਛ ਕਿਸੇ ਹੋਰ ਚੀਜ਼ ਦਾ ਹੋਵੇ ਉੱਤੋਂ ਵਿੱਚ ਕੋਈ ਚੀਜ਼ ਹੋਰ ਹੋਵੇ ਉਹ ਤਾਂ ਜਾਲੀ ਹੈ ਪੈਕਿੰਗ ਫੜੀ ਜਾਂਦੀ ਹੈ ਖਾਲੀ ਡੱਬਾ ਹੋਵੇ ਕੋਈ ਅਪਰਾਧ ਨਹੀਂ ਪੈਕਿੰਗ ਲੱਗਿਆ ਡੱਬਾ ਖਾਲੀ ਹੈ ਕੋਈ ਅਪਰਾਧ ਨਹੀਂ ਪਰ ਜੇ ਪੈਕਿੰਗ ਉੱਤੇ ਲੱਗਿਆ ਵਿੱਚ ਕੁਛ ਜਾਲੀ ਚੀਜ਼ ਪਾਈ ਅਪਰਾਧ ਹੈ ਕਿਉਂ ਜਾਲੀ ਆ ਉਹ ਤਾਂ ਕਿਉਂ ਦੇਸੀ ਦਾ ਪੈਕਿੰਗ ਲੱਗਿਆ ਲੈਵਲ ਲੱਗਿਆ ਹੈ ਕਿਉਂ ਦੇਸੀ ਦਾ ਲੈਵਲ ਆ ਡੱਬੇ ਦੇ ਉੱਤੇ ਲੱਗਿਆ ਹੋਇਆ ਵਿੱਚ ਪਾਇਆ
देसी है नहीं, वह अपराध है। जिन्हें पैक किया वह अपराध है, जिसे दुकान च पे वह भी अपराध है, उसके कोल भी अपराध है, जिहड़ा बेच रहा वह भी अपराधी है। तुम जिहड़ियां कृपाना पा के ते जो कुछ पा रहे हो अपराध कर रहे, थोड़ी छड़ाऊ कौन? पहले तो यह कर लो, छड़ाऊ कौन? दरगाह चो कौन छड़ाऊ? इतने का बेवकूफ ने सारे, इतने पछाण है नहीं, इतने नहीं सैंपल भरे जा सकते। माया तो घर का सैंपल भर लें, कौन भरू? ज्ञान के सैंपल भरता गुरमुख, खोटे खरे पछाण, यदा भी महकमा खुल गया हूँ भाई। परमेश्वर ने खोलता महकमा, सच सच्चे ने खोलना है, सच बेचते हो झूठ, लैवल सच का बिच पाने झूठ। समय समय सर भगत महकमा ही खोलता होंगे, भगत भेजने का मतलब की है? इन्होंने चाल ही सारे सैंपल फड़े जाने, सारे अपराधी हो जाने। हम ऐसे अपराधी जिन प्रभ जियो पिंड से दीना भाव भगत नहीं सदी। भाव भगत की है दसो? भाव भगत तो है, भाव भगत घर नीच सदावै तो नानक मोख अंतर पावै। तुसी संत किवें बन गए, ब्रह्म ज्ञानी किवें बन गए? जे भाव भगत होंगी तो नीच बनते आप। भाव भगत घर नीच सदाए तो नानक मोख अंतर पाए। तुसी ऊंच किवें बने हो? तुसी अपराधी हो। हुण बयान दो अपराधी नहीं, इतों चलान कटता भुगत रहे हो कहां जाके? अच्छा चलान कटना, चलान कटता थोड़ा पेशी कहां होगी? पेशी कहां हो? भुगतन नूं तैयारी कर लो, वो तो कानून मुताबक कट्टे गए चलान, तो थोड़े चलान सब का कट्टा है थोड़ा, पेशी कहां भुगत लो जाके? हाँ जी, मेरे हर को नौ, गांठ ना बांधो बेच ना खाऊं। मैं कहना ना गांठ बनना ना बेच के खाने, ये उन्हें जीने बाणी भेजी है। उन्हें कहा, उन्हें कहाया है कबीर ते, कबीर ने कहा भी गांठ बनने वाली चीज नहीं, बेच के खाने वाली चीज नहीं है। जेड़ा बेच के खाऊगा अपराधी, अब्बल तो कोई होंगे ही नहीं, जिदे को होंगे वह करता नहीं, तो अगे किसी ने किया नहीं ना कोई करे। जेड़े ब्लैकमेलर ने ओ ए नाम ते बेच के खाते ने, उन्होंने को हुंदा ही नहीं, ब्लैकमेलर ने। जब ये तन प्रगट नहीं ना हुंदा, ये ब्लैकमेलर खड़े हो जाते, जम पेंदे ने खुबा वांगू संत जम पेंदे, फिर दबा दब ला के चिमटे जे तल बना के चार मुंडे जे ना ला के वह पैसे कट्ठे कर लग जाते, डेरे बना लेंदे ने। यही कुछ किया ना, हूँ इन्हों पै गई गल पुठी, पुठी पै गई सी ना, पुठी भी पै जाती होंगी है। जना कला अतवादी बन गया सी, पुठी पै गई, फिर जब तक कोई क्यों नहीं बनता? जना कला बन गया सीगा, फिर पै गई पुठी, या बाजी पुठी पै गया, कोई भी नहीं बनता। हूँ देखा किन्ने क बनते हैं संत, हुण किन्ने क बनते रहे हुण आबादी कठूक बधू, हुण देख लैण, हुण पता लगू, क्योंकि स्प्रे होण लग जांदी है। नदीन जिहड़ा जम्मिया पहला पैदा होया है, उहदा मूँह थले नूं गलण जी सड़ जांदा स्प्रे नाल, नवां की पैदा होणा? नवां दा पैदा होण तों पहलां ही मर जांदा, उह तां दींदा भी नहीं हुंदा, उहदा बहुता ही डर हुंदा नवां पैदा होण वाला, तां उत्तली स्प्रे दे जिहड़ा धरती ते डिग्गिया होया ना माड़ा मोटा, ਉਹਦੀ ਵਾਸ਼ਨਾ ਨਾਲੇ ਖਤਮ ਹੋ ਜਾਂਦਾ। ਉਹ ਤਾਂ ਸਲਾਹ ਹਟਾ ਦਿੰਦਾ ਜੰਮਣ ਦੀ, ਵੀ ਆਹ ਜਿਹੜੇ ਬੜੇ ਬੜੇ ਪੇੜ ਨੇ ਇਹਦਾ ਗਰਦਨ ਇਹਦਾ ਸਾਡੇ ਪੈਰਾਂ 'ਚ ਨੂੰ ਆਉਂਦੇ ਨੇ, ਜਿਹੜੇ ਉੱਤੇ ਨੂੰ ਖੜੇ ਤੇ ਨਾ ਗਰਦਨ ਵਾਲੇ ਥੱਲੇ ਨੂੰ ਹੋ ਗਈ, ਇਹ ਤਾਂ ਆਏ ਥੱਲੇ ਨੂੰ, ਆਹ ਹਾਲਤ ਇਹਨਾਂ ਨਾਲ ਹੋਊਗੀ। ਹੁਣ ਦੇਖਾਂਗੇ ਕਿੰਨੇ ਸੰਤ ਪੈਦਾ ਹੋਣਗੇ, ਪੈਦਾ ਹੋ ਕੇ ਤਾਂ ਦਿਖਾਵੇ ਕੋਈ। ਜੰਮਣਾ ਨਹੀਂ ਦੇਣਾ ਲੋਕਾਂ ਨੇ, ਪਬਲਿਕ ਕੋਲ ਗਿਆਨ ਹੋ ਜਾਣਾ। ਨੌ ਮੇਰੇ ਖੇਤੀ, ਨੌ ਮੇਰੇ ਵਾਰੀ, ਭਗਤੀ ਕਰੂੰ ਜਨ ਸਰਨ ਤੁਮਾਰੀ। ਨੌ ਮੇਰੇ ਖੇਤੀ, ਨਾਮ ਹੀ ਖੇਤੀ ਹੈ ਮੇਰੀ। ਖੇਤੀ ਕੀ ਹੈ?
ਇੱਕ ਨੂੰ ਗੱਲ ਦੱਸਤੀ ਉਹਨੇ ਦੋ ਨੂੰ ਹੋਰ ਦੱਸਤੀ, ਦੋ ਨੂੰ ਉਹ ਦੋ ਦੋ ਨੂੰ ਹੋਰ ਦੱਸਦੀ, ਇਹੀ ਖੇਤੀ ਹੈ। ਕਬੀਰ ਦੱਸੀ ਜਾਂਦਾ ਗਾਹਾਂ ਜਿਹੜੇ ਹੁਣਦੇ ਨੇ ਗਾਹਾਂ ਦੱਸੀ ਜਾਂਦਾ, ਗਾਹਾਂ ਵਾਲੇ ਗਾਹਾਂ, ਗਾਹਾਂ ਵਾਲੇ ਗਾਹਾਂ, ਗਾਹਾਂ ਵਾਲੇ ਗਾਹਾਂ, ਖੇਤੀ ਹੋ ਗਈ। ਇੱਕ ਦਾਣੇ ਤੋਂ ਪੇੜ ਹੋ ਗਿਆ, ਪੇੜ ਤੋਂ ਸੌ ਦਾਣਾ ਹੋ ਗਿਆ, ਸੌ ਬੀਜਤਾ ਇਕੱਲੇ ਇਕੱਲੇ ਨੂੰ ਫਿਰ ਸੌ ਲੱਗਿਆ, ਉਹ ਗਾਂ ਬੀਜਤਾ ਇਕੱਲੇ ਇਕੱਲੇ ਨੂੰ ਫਿਰ ਸੌ ਲੱਗਿਆ। ਖੇਤੀ ਹੈ, ਬਾੜੀ ਕੀ ਹੁੰਦੀ, ਬਾੜੀ ਬਾਗ ਹੁੰਦਾ, ਇੱਕ ਪੇੜ ਬੀਜਤਾ ਸੈਂਕੜਿਆ ਹਜ਼ਾਰਾਂ ਉਹਨੂੰ ਫਲ ਲੱਗੇ, ਇੱਕ ਮੇਰੀ ਬੀਜਤੀ ਹਜ਼ਾਰਾਂ ਹੀ ਬੋਲ ਲੱਗੇ, ਹਜ਼ਾਰਾਂ ਗਿੜਕਾਂ ਬੀਜਤੀਆਂ, ਹਜ਼ਾਰਾਂ ਫਿਰ ਹੋਰ ਹੋ ਗਏ। ਇੱਕ ਇੱਕ ਨੂੰ ਐਂ ਵੱਜ ਜਾਂਦੀ ਹੈ ਗੱਲ, ਇਹ ਗਿਆਨ ਦੀ ਗੱਲ ਐਂ ਵੱਜਦੀ ਹੈ, ਇਹ ਤਾਂ ਬਹੁਤ ਛੇਤੀ ਫਲ ਜਾਣਾ ਆਪੇ। ਨਾਲੇ ਅੱਗੇ ਤਾਂ ਸਾਧਨ ਇਹ ਨਹੀਂ ਸੀ, ਹੁਣ ਤਾਂ ਸਾਧਨ ਇੰਨੇ ਨੇ, ਸਾਧਨ ਇੰਨੇ ਨੇ ਕਿ ਇਹਨਾਂ ਦੀ ਕਿਉਂਕਿ ਹੁਣ ਸਪਰੇਅ ਆ ਗਈ ਨਾ, ਪਹਿਲਾਂ ਗੁੱਟਦੇ ਤੇ ਕਬੀਰ ਦੇ ਜ਼ਮਾਨੇ ਗੁੱਟਦੇ ਤੇ ਨਦੀਨ ਨੂੰ, ਹੁਣ ਤਾਂ ਸਪਰੇਅ ਵੀ ਆਵਾਜ਼ ਆ ਕੇ ਕਰ ਦਿੰਦੇ ਨੇ। ਜਿੱਥੇ ਗੰਨੇ ਦੀ ਜ਼ਿਆਦਾ ਫਸਲ ਹੁੰਦੀ ਹੈ ਆਵਾਜ਼ ਆ ਸਪਰੇਅ ਕਰਦੇ ਨੇ, ਉੱਥੇ ਸਿੱਧਾ ਹੀ ਗੰਨਾ ਹੀ ਗੰਨਾ ਹੁੰਦਾ ਨਾ, ਜਿੱਥੇ ਹੋਰ ਕੋਈ ਫਸਲ ਹੁੰਦੀ ਹੈ ਉੱਥੇ ਆਵਾਜ਼ ਆ ਨਾ ਸਪਰੇਅ ਹੁੰਦੀ ਹੈ। ਮੈਂ ਇੱਕ ਦਿਨ ਜੀ ਪਾਸੇ ਜਾਂਦੇ ਨੇ, ਹਾਂਜੀ ਭਗਤ ਕਰੋ ਜਨ ਸਰਨ ਤੁਮਾਰੀ, ਤੇਰੀ ਸ਼ਰਨ ਵਿੱਚ ਆ ਕੇ ਮੈਂ ਭਗਤੀ ਕਰ ਰਿਹਾ। ਕਿਹਦੀ ਸ਼ਰਨ ਚ? ਰਾਮ ਦੀ ਸ਼ਰਨ ਵਿੱਚ। ਹਾਂ, ਨੌ ਮੇਰੇ ਮਾਇਆ ਨੌ ਮੇਰੇ ਪੂੰਜੀ, ਤੁਮੇ ਛੋੜ ਜਾਣੂ ਨਹੀਂ ਦੂਜੀ। ਮੇਰਾ ਪੂੰਜੀ ਕੀ ਹੈ? ਮੇਰੇ ਕੋਲ ਨਾਮ ਦੀ ਪੂੰਜੀ ਹੈ। ਨੌ ਮੇਰੇ ਮਾਇਆ, ਮਾਇਆ ਕੀ ਹੈ? ਧਨ ਕੀ ਹੈ ਮੇਰੀ? ਧਨ ਮਾਇਆ ਹੈ, ਇਹ ਕੀ ਹੈ? ਨਾ ਨਾਮ ਹੈ ਧਨ, ਮੇਰੇ ਕੋਲ ਹੋਰ ਕੋਈ ਧਨ ਤੋਂ ਨਹੀਂ ਹੈਗਾ, ਮੈਂ ਰੱਖਿਆ ਹੀ ਨਹੀਂ ਕੁਛ, ਕਿਉਂਕਿ ਜਿਹੜੀ ਚੀਜ਼ ਗਾਂ ਖੋਲ ਰਹੀ ਹੈ ਨਾ ਬਾਰਡਰ ਤੇ, ਉਹ ਮੈਂ ਲੈ ਕੇ ਨਹੀਂ ਚੱਲਿਆ ਘਰੋਂ। ਕਿਹਾ ਹਰ ਜਸ ਹੈ ਜਿਹੜਾ ਜਸ, ਜਸ ਵਾਲ ਨਾਮ ਇੱਕੋ ਗੱਲ ਹੁੰਦੀ ਹੈ, ਨਾਮ ਜਿਹੜਾ ਔਂਕੜ ਵਾਲਾ ਮੰਮੀ ਨੂੰ ਔਂਕੜ ਵਾਲਾ ਨਾਮ ਹੈ ਨਾ, ਇਹ ਤਾਂ ਹੁੰਦਾ ਗਿਆਨ ਜਾਂ ਤੱਤ ਵਸਤੂ। ਜਿਹੜਾ ਨਾਂ ਲੱਗਦਾ ਇਹ ਬਹੁਵਚਨ ਗੁਣਵਾਚਕ ਨਾਮ ਨੇ ਜਿਹੜੇ ਉਹਦੇ, ਜਸ ਉਹ ਜਸ ਹੈ ਮੇਰੇ ਵਾਸਤੇ, ਜਿਹੜਾ ਜਸ ਹੈ ਉਹੀ ਪੂੰਜੀ ਹੈ, ਉਹੀ ਮੇਰੇ ਵਾਸਤੇ ਧਨ ਹੈ, ਉਹੀ ਮੇਰੀ ਖੇਤੀ ਹੈ, ਉਹੀ ਬਾੜੀ ਹੈ। ਮਾਇਆ ਧਨ ਧਨ ਵੀ ਮੇਰੇ ਵਾਸਤੇ, ਜੇ ਤੇਰੇ ਜਸ ਕਰਨਾ ਹੀ ਹੈ, ਤੇਰਾ ਗਿਆਨ ਹੈ ਧਨ ਮੇਰੇ ਵਾਸਤੇ, ਜਿਹੜਾ ਕਰਦਾ ਗਿਆਨ ਜਿਹੜਾ ਹੈਗਾ ਤੇਰੇ ਤੋਂ, ਮਤਲਬ ਹੈ ਅੰਦਰਲੇ ਦੀ ਗੱਲ ਹੈ, ਗੁਣ ਦੀ ਆਪਣੇ ਗੁਣ ਦੀ, ਜਿਹੜਾ ਗਿਆਨ ਤੇਰੇ ਤੋਂ ਮਿਲਦਾ ਅੰਦਰੋਂ ਮਿਲਦਾ, ਉਹ ਬਾਹਰੋਂ ਨਹੀਂ ਮਿਲਦਾ, ਅੰਦਰਲੀ ਗੱਲ ਹੈ ਗੁਰਬਾਣੀ ਬਾਹਰਲੀ ਦੀ ਹੈ, ਬਾਹਰੋਂ ਤਾਂ ਮਾਇਆ ਦਾ ਗਿਆਨ ਮਿਲਦਾ, ਅੰਤਰ ਮੁਖੀ ਹੋ ਕੇ ਜੋ ਗਿਆਨ ਮਿਲਦਾ ਉਹ ਤੇਰੇ ਨਾਮ ਹੈ, ਤੇਰਾ ਜਸ ਹੈ, ਤੇਰਾ ਗਿਆਨ ਹੈ, ਜੋਤ ਦਾ ਗਿਆਨ ਸੰਸਾਰ ਦੇ ਵਿੱਚ, ਬਾਹਰ ਜਾਤ ਦਾ ਗਿਆਨ, ਬਾਹਰ ਅੱਖਾਂ ਨਾਲ ਜੋ ਸਾਨੂੰ ਦੀਦਾ ਗਿਆਨ, ਇੰਦਰਿਆਂ ਨਾਲ ਜੋ ਗਿਆਨ ਮਿਲਦਾ ਬਾਹਰੋਂ, ਉਹ ਤੇਰਾ ਗਿਆਨ ਹੈ, ਨਾ ਤੇਰਾ ਗਿਆਨ ਹੈ ਨਾ ਮੇਰਾ ਗਿਆਨ, ਮਨ ਦਾ ਵੀ ਗਿਆਨ ਨਹੀਂ ਹੈ, ਆਤਮਾ ਦਾ ਗਿਆਨ ਨਹੀਂ ਹੈ, ਜੋ ਗਿਆਨ ਇੰਦਰਿਆਂ ਨੂੰ ਮਿਲਦਾ ਉਹ ਮਾਇਆ ਦਾ ਗਿਆਨ। ਨੌ ਮੇਰੇ ਬੰਧਵ ਨੌ ਮੇਰੇ ਭਾਈ ਨੌ ਮੇਰੇ ਸੰਗੀ ਅੰਤ ਹੋਏ ਸਿਖਾਈ, ਬੰਧਵ ਭਾਈ ਮੇਰਾ ਜਸ ਹੀ ਹੈ, ਹਰ ਜਸ ਗਾਇ ਲੈ ਮਨਾ ਜੋ ਸੰਗੀ ਹੈ ਤੇਰਾ, ਹਰ ਜਸ ਹੈ ਜਿਹੜਾ ਇਹੀ ਮੇਰੇ, ਇਹਦੇ ਨਾਲ ਸਾਰੇ ਰਿਸ਼ਤੇ ਨੇ ਮੇਰੇ, ਬੰਧਵ ਹੋਏ ਭਾਈ ਹੋਏ ਸਭ ਇਹਦੇ ਨਾਲ ਮੇਰਾ ਇਹ ਸੰਗੀ ਨੇ ਮੇਰੇ, ਨਾਲ ਜਾਣ ਵਾਲੀ ਚੀਜ਼ ਬੰਧਵ ਭਾਈ ਬਾਹਰ ਲੈਣੀ ਹੈ, ਉਸ ਵੇਲੇ ਸਹਾਇਤਾ ਦੀ ਜਾਂ ਲੋੜ ਪੈਣੀ ਹੈ ਨਾ ਜਪ ਤੋਂ,
ਉਸ ਵੇਲੇ ਨਾਮ ਨੇ ਸਹਾਇਤਾ ਤਾਂ ਕਰਨੀ ਹੈ, ਉਹ ਭਾਈ ਬੰਦਾ ਨੇ ਸਹਾਇਤਾ ਨਹੀਂ ਕਰਨੀ, ਕਹਿਣ ਦਾ ਮਤਲਬ ਇਹ ਅੰਤ ਵੇਲੇ ਕਿਸੇ ਨੇ ਸਹਾਈ ਨਹੀਂ ਹੋਣਾ ਸਵਾਏ ਨਾਂ 'ਤੇ। ਉਸ ਸੈਂਸ ਦੇ ਵਿੱਚ ਕਿਹਾ ਵੀ ਜਿਹੜਾ ਸਿਖਾਈ ਨਾ ਹੋਵੇ ਅੰਤ ਵੇਲੇ ਉਹ ਬੰਦੇ ਭਾਈ ਕਰ, ਸਿਖਾਈ ਲੋੜ ਪੈਣ 'ਤੇ ਮਦਦ ਕਿਹਨੇ ਕਰਨੀ ਹੈ ਨਾਮ ਦੇ ਕਰਕੇ, ਹਰ ਜਸ ਨੇ ਕਰਨੀ ਇਹ ਨਾਲ ਹੋ ਨਾ ਰੋ। ਮਾਇਆ ਮੈਂ ਜੋ ਰੱਖੇ ਉਦਾਸ, ਜੋ ਰੱਖੇ ਜੋ ਹੈ ਜਿਹੜਾ ਜਿਹੜਾ ਸਾਨੂੰ ਮਾਇਆ 'ਚ ਵੀ ਉਦਾਸ ਰੱਖਦਾ, ਮਾਇਆ ਦੇ ਵਿੱਚ ਜਿਹਨੂੰ ਉਦਾਸ ਰੱਖਦਾ ਮਾਇਆ ਦੇ ਵਿੱਚ ਜਿਹੜਾ ਉਦਾਸ ਰੱਖਦਾ, ਉਦਾਸ ਰੱਖਣ ਦੀ ਸ਼ਮਤਾ ਰੱਖਦਾ ਜੀਵ ਆਤਮਾ ਨੂੰ, ਕੋਈ ਜੀਵ ਵੀ ਹੋਵੇ ਕੋਈ ਮਨੁੱਖ ਹੋਵੇ, ਜਿਹੜਾ ਮਾਇਆ ਵਿੱਚ ਉਦਾਸੀ ਕਰਨ ਦੀ ਸ਼ਮਤਾ ਰੱਖਦਾ ਮੈਂ ਉਹਦਾ ਉਦਾਸ ਹਾਂ। ਮਾਇਆ ਵਿੱਚ ਉਦਾਸ ਕੌਣ ਰੱਖਦਾ? ਹਰ ਜਸ ਰੱਖਦਾ, ਹਰ ਜਸ ਮਾਇਆ ਵਿੱਚ ਉਦਾਸ ਕਰਦਾ। ਮਾਇਆ ਮੈਂ ਜੋ ਰੱਖੇ ਉਦਾਸ, ਆਤਮ ਗਿਆਨ ਮਾਇਆ 'ਚ ਉਦਾਸ ਰੱਖਦਾ, ਮਾਇਆ ਤੋਂ ਅੱਡ ਰੱਖਦਾ, ਮਾਇਆ ਦੀ ਭੁੱਖ ਰਹਿਣ ਨਹੀਂ ਦਿੰਦਾ। ਭਾਈ ਕਬੀਰ ਮੈਂ ਤਾਂ ਕਰਦਾ, ਮੈਂ ਉਹਦਾ ਉਦਾਸ ਹਾਂ।